ਸਤਿ ਸ਼੍ਰੀ ਅਕਾਲ ਦੋਸਤੋ। ਇੱਕ ਸ਼ਹਿਰ ਦੇ ਵਿੱਚ ਬਹੁਤ ਵੱਡੀ ਘੜੀਆਂ ਦੀ ਦੁਕਾਨ ਸੀ। ਉਸ ਘੜੀਆਂ ਦੀ ਦੁਕਾਨ ਦੀ ਵਿੰਡੋ ਦੇ ਵਿੱਚ ਇੱਕ ਬਹੁਤ ਵੱਡੀ ਘੜੀ ਲੱਗੀ ਹੋਈ ਸੀ। ਬਹੁਤ ਸਾਲਾਂ ਤੋਂ ਇੱਕ ਇਨਸਾਨ ਉਸ ਦੁਕਾਨ ਕੋਲੋਂ ਲੰਘਦਾ ਸੀ, ਉਸ ਵੱਡੀ ਘੜੀ ਕੋਲ ਰੁਕਦਾ ਸੀ ਅਤੇ ਆਪਣੀ ਜੇਬ ਵਿੱਚੋਂ ਪੋਕਿਟ ਵਾਚ ਕੱਢ ਕੇ ਉਸ ਵੱਡੀ ਘੜੀ ਨਾਲ ਆਪਣੀ ਘੜੀ ਦਾ ਸਮਾਂ ਮੈਚ ਕਰਦਾ ਸੀ। ਉਸ ਦੁਕਾਨ ਦਾ ਮਾਲਕ ਬਹੁਤ ਸਮੇਂ ਤੋਂ ਇਹ ਗੱਲ ਨੋਟ ਕਰ ਰਿਹਾ ਸੀ। ਇੱਕ ਦਿਨ ਸਮਾਂ ਕੱਢ ਕੇ ਉਸ ਦੁਕਾਨ ਦੇ ਮਾਲਕ ਨੇ ਉਸ ਇਨਸਾਨ ਨੂੰ ਰੋਕਿਆ ਅਤੇ ਪੁੱਛਿਆ ਕਿ ਤੂੰ ਹਰ ਰੋਜ਼ ਮੇਰੀ ਦੁਕਾਨ ਕੋਲ ਲੰਘਦਾ ਹੈ ਅਤੇ ਇਸ ਘੜੀ ਨਾਲ ਆਪਣੀ ਘੜੀ ਦਾ ਟਾਈਮ ਮੈਚ ਕਰਦਾ ਹੈ, ਇਸ ਦਾ ਕੀ ਕਾਰਨ ਹੈ? ਉਸ ਇਨਸਾਨ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਸ਼ਹਿਰ ਦੇ ਘੰਟੇ ਘਰ ਦਾ ਕਰਮਚਾਰੀ ਹਾਂ ਅਤੇ ਮੈਂ ਕੋਈ ਗਲਤੀ ਨਾ ਕਰ ਦੇਵਾਂ, ਕਿਉਂਕਿ ਮੈਂ ਸਵੇਰੇ 5 ਵਜੇ ਉੱਠ ਕੇ ਘੰਟਾ ਘਰ ਦਾ ਘੰਟਾ ਵਜਾਉਣਾ ਹੁੰਦਾ ਹੈ। ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ, ਇਸ ਲਈ ਮੈਂ ਆਪਣੀ ਘੜੀ ਦਾ ਸਮਾਂ ਤੁਹਾਡੀ ਘੜੀ ਦੇ ਨਾਲ ਮੈਚ ਕਰਦਾ ਹਾਂ। ਉਸ ਦੁਕਾਨ ਦੇ ਮਾਲਕ ਨੇ ਹੱਸ ਕੇ ਜਵਾਬ ਦਿੱਤਾ, ਕਹਿੰਦਾ ਸਾਲਾਂ ਤੋਂ ਮੈਂ ਘੰਟਾ ਘਰ ਦੇ ਸਮੇਂ ਦੇ ਨਾਲ ਆਪਣੀ ਘੜੀ ਦਾ ਟਾਈਮ ਮੈਚ ਕਰਦਾ ਹਾਂ। ਸੋ ਦੋਸਤੋ, ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਆਲੇ ਦੁਆਲੇ ਦੀਆਂ ਰੈਫਰੈਂਸਾਂ ਨੂੰ ਚੈੱਕ ਕਰੇ ਬਿਨਾਂ ਹੀ ਆਪਣੀ ਜ਼ਿੰਦਗੀ ਚਲਾਉਂਦੇ ਰਹਿੰਦੇ ਹਾਂ। ਅਸੀਂ ਕਿਹੜੇ ਲੀਡਰ ਨੂੰ ਫੋਲੋ ਕਰ ਰਹੇ ਹਾਂ, ਕੀ ਉਹ ਸਹੀ ਹੈ ਜਾਂ ਗਲਤ ਹੈ, ਸਾਨੂੰ ਜੋ ਸਿੱਖਿਆ ਦੇ ਰਿਹਾ ਹੈ ਉਹ ਸਹੀ ਹੈ ਜਾਂ ਗਲਤ ਹੈ, ਸਾਡੇ ਧਰਮ, ਸਾਡੇ ਸੱਭਿਆਚਾਰ, ਸਾਡਾ ਕਲਚਰ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ। ਬਿਨਾਂ ਸਵਾਲ ਪੁੱਛੇ ਅਸੀਂ ਉਹਨਾਂ ਨੂੰ ਹਜ਼ਾਰਾਂ ਹੀ ਸਾਲਾਂ ਤੋਂ ਫੋਲੋ ਕਰਦੇ ਆ ਰਹੇ ਹਾਂ। ਮੈਂ ਨਹੀਂ ਕਹਿ ਰਿਹਾ ਕਿ ਸਾਡੇ ਧਰਮ ਸਹੀ ਨੇ ਜਾਂ ਗਲਤ ਨੇ, ਮੈਂ ਕਹਿ ਰਿਹਾ ਹਾਂ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਫੋਲੋ ਕਰਦੇ ਆ ਰਹੇ ਹਾਂ, ਅਸੀਂ ਬਿਨਾਂ ਸਵਾਲ ਪੁੱਛੇ ਅੰਧ ਵਿਸ਼ਵਾਸ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ ਰਹੇ ਹਾਂ। ਸਾਡੀ ਜ਼ਿੰਦਗੀ ਲੋਕਾਂ ਦੀਆਂ ਸਲਾਹਾਂ ਦੇ ਉੱਤੇ ਚੱਲਦੀ ਹੈ। ਕਿਸੇ ਨੇ ਸਾਨੂੰ ਕਹਿ ਤਾ ਤੂੰ ਇਹ ਕੰਮ ਕਰ, ਅਸੀਂ ਉਹ ਕੰਮ ਸ਼ੁਰੂ ਕਰ ਦਿੰਦੇ ਹਾਂ। ਕਿਸੇ ਨੇ ਸਾਨੂੰ ਕਹਿ ਤਾ ਤੂੰ ਇਹ ਕਰ ਲੈ, ਇਹ ਗੱਡੀ ਲੈ, ਇਹ ਕਰ, ਉਹ ਕਰ, ਅਸੀਂ ਨਾਲ ਦੀ ਨਾਲ ਉਹ ਕਰਨ ਲੱਗ ਪੈਂਦੇ ਹਾਂ। ਜਾਂ ਕਿਸੇ ਨੂੰ ਵੇਖ ਕੇ ਆਪਣੇ ਆਪ ਨੂੰ ਜਾਣੇ ਬਿਨਾਂ ਅਸੀਂ ਉਹ ਕੰਮ ਸ਼ੁਰੂ ਕਰ ਦਿੰਦੇ ਹਾਂ। ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਵੱਖਰਾ ਵੱਖਰਾ ਸੁਭਾਅ ਅਤੇ ਵੱਖਰੇ ਵੱਖਰੇ ਗੁਣ ਦੇ ਕੇ ਭੇਜਿਆ ਹੈ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਗੇਮ ਖੇਡਦੇ ਹਾਂ। ਉਹ ਗੇਮ ਦਾ ਨਾਮ ਹੈ ਕੋਪੀ ਕੈਟ। ਅਸੀਂ ਦੂਜੇ ਲੋਕਾਂ ਨੂੰ ਫੋਲੋ ਕਰਦੇ ਹਾਂ, ਅਸੀਂ ਦੂਜੇ ਲੀਡਰਾਂ ਨੂੰ ਫੋਲੋ ਕਰਦੇ ਹਾਂ, ਅਸੀਂ ਐਕਟਰਾਂ ਨੂੰ, ਸੈਲੀਬ੍ਰਿਟੀਆਂ ਨੂੰ ਫੋਲੋ ਕਰਦੇ ਹਾਂ। ਸੋ ਦੋਸਤੋ, ਇੰਨਾ ਹੀ ਕਹਿੰਦਾ ਹੋਇਆ ਮੈਂ ਖਿਮਾ ਰੱਜਾ ਜੀ ਹਾਂ। ਧੰਨਵਾਦ। ਥੈਂਕ ਯੂ ਸੋ ਮੱਚ। ਗੋਡ ਬਲੈਸ ਯੂ।